ਤੁਸੀਂ ਖੇਤੀ ਸੁਧਾਰ ਬਿੱਲ ਕਹਿ ਰਹੇ ਹੋ ਮੈਂ ਕਹਿੰਦਾ ਖੇਤੀ ਨੂੰ ਡੁੱਬਣ ਵਾਲੇ ਬਿੱਲ ਨੇ ਖੇਤੀ ਸੁਧਾਰ ਕਹਿਣਾ ਬੰਦ ਕਰੋ ਇਹਨੂੰ ਸਾਰੇ ਸਾਥੀ ਆਪਾਂ ਇਹ ਖੇਤੀ ਨੂੰ ਡੁੱਬਣ ਵਾਲੇ ਕਿਸਾਨਾਂ ਨੂੰ ਡੁੱਬਣ ਵਾਲੇ ਬਿੱਲ ਨੇ ਇਹ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ ਦੇ ਉੱਤੇ ਇਹ ਸਰਕਾਰ ਹੈ ਜਿਹੜੀ ਦਲਾਲ ਸਰਕਾਰ ਹੈ ਕਾਰਪੋਰੇਟ ਘਰਾਣਿਆਂ ਦੀ ਅਮਾਨੀਆਂ ਦੀ ਅਡਾਨੀਆਂ ਦੀ ਕਿਸਾਨਾਂ ਦੀ ਦੁਸ਼ਮਣ ਸਰਕਾਰ ਹੈ ਇਹ ਬਿੱਲ ਹੈ ਜਿਹੜੇ ਟੋਟਲੀ ਗਲਤ ਨੇ ਮੈਂ ਤੁਹਾਨੂੰ ਤੁਹਾਡੇ ਚਰਨਾਂ 'ਚ ਵੀ ਬੇਨਤੀ ਕਰੂੰਗਾ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਹਾਂ ਖੇਤੀ ਸੁਧਾਰ ਬਿੱਲ ਨਹੀਂ ਹੈ ਇਹ ਖੇਤੀ ਨੂੰ ਡੁੱਬਣ ਵਾਲੇ ਬਿੱਲ ਨੇ ਤੋਂ ਇਹਦੇ ਖਿਲਾਫ ਸਾਨੂੰ ਲੜਨਾ ਚਾਹੀਦਾ ਹੈ ਇਹ ਦੇਸ਼ ਦੀ ਆਜ਼ਾਦੀ ਦੀ ਦੂਜੀ جنگ ਹੈ ਲੜਨੀ ਪਊ ਉਵੇਂ ਜਿਵੇਂ ਭਗਤ ਸਿੰਘ ਨੇ ਜਿਹੜੀ ਭਾਵਨਾ ਨਾਲ ਇਹ ਲੜਾਈ ਲੜੀ ਹੈ ਸਾਨੂੰ ਉਵੇਂ ਹੀ ਲੜਨਾ ਪੈਣਾ ਹੈ ਤੁਸੀਂ ਕਿਵੇਂ ਦੇਖਦੇ ਹੋ ਕਿ ਆਪਾਂ ਨੂੰ ਜੰਗ ਜਿੱਤਣੀ ਇਹਦੀ ਜਿਹੜੀ ਜੰਗ ਹੈ ਉਹਦੀ ਰੂਪ ਰੇਖਾ ਕੀ ਹੋਣੀ ਚਾਹੀਦੀ ਹੈ ਦੇਖੋ ਇਹ ਜਿਹੜੀ ਲੜਾਈ ਹੈ ਇਹ ਹੋਛੇ ਬੰਦਿਆਂ ਦੀ ਲੜਾਈ ਨਹੀਂ ਹੈਗੀ ਇਹ ਠੰਡੇ ਦਿਮਾਗ ਦੇ ਨਾਲ ਕਮਰ ਕੱਸਾ ਕੱਸ ਕੇ ਸਿਆਣੇ ਬੰਦਿਆਂ ਦੀ ਅਗਵਾਈ ਦੇ ਹੇਠੇ ਲੜਾਈ ਲੜਨੀ ਪੈਣੀ ਹੈ ਕਿਉਂਕਿ ਉਹ ਬੰਬੇ ਦੇ ਵਿੱਚ ਬੈਠੇ ਦਿੱਲੀ ਚ ਬੈਠੇ ਜਿਹੜੇ ਲੋਕ ਐ ਉਹਨਾਂ ਦੇ ਦਿਮਾਗ ਸਾਨੂੰ ਪਤਾ ਬਹੁਤ ਵੱਡੇ ਐ ਉਹ ਬਹੁਤ ਵੱਡੇ ਦਿਮਾਗਾਂ ਵਾਲੇ ਬੰਦੇ ਨੇ ਬਹੁਤ ਸਿਆਣੇ ਲੋਕ ਨੇ ਤਨਾਡ ਬੰਦੇ ਨੇ ਤੇ ਉਹਨਾਂ ਨੂੰ ਸਾਨੂੰ ਉਹਨੇ ਸਿਆਣੇ ਬਣ ਕੇ ਆਪਣੀ ਰਣਨੀਤੀ ਬਣਾ ਕੇ ਉਹਨਾਂ ਨਾਲ ਸਾਨੂੰ ਲੜਾਈ ਲੜਨੀ ਪੈਣੀ ਐ ਤੇ ਅਸੀਂ ਉਹਨਾਂ ਨੂੰ ਟਕਰਾਂਗੇ ਪੂਰਾ ਪੰਜਾਬ ਐ ਇਸ ਵੇਲੇ ਜਿਹੜਾ ਹੋ ਸੜਕਾਂ ਦੇ ਉੱਤੇ ਐ ਪੂਰਾ ਪੰਜਾਬ ਰੇਲਵੇ ਲਾਈਨਾਂ ਦੇ ਉੱਤੇ ਐ ਲੋਕਾਂ ਨੇ ਮੌਲ ਕੇਰੇ ਹੋਏ ਨੇ ਅੰਬਾਨੀਆਂ ਦੇ ਪੰਪ ਕੇਰੇ ਹੋਏ ਨੇ ਰੇਲਵੇ ਸਟੇਸ਼ਨਾਂ ਦੇ ਉੱਤੇ ਆ ਲੋਕ ਬੈਠੇ ਆ ਜਿਵੇਂ ਅਸੀਂ ਕੋਟਲੀ ਕਲਾਂ ਪਿੰਡ 'ਚ ਬੈਠੇ ਆ ਮਾਨਸਾ ਕੈਂਚੀਆਂ ਤੇ ਤਰਨਾ ਲੱਗਿਆ ਹੋਇਆ ਬਣਾਲੀ 'ਚ ਲੱਗਿਆ ਹੋਇਆ ਬਰੇਟਾ ਘੇਰਿਆ ਹੋਇਆ ਮਾਨਸਾ ਸਟੇਸ਼ਨ ਘੇਰਿਆ ਹੋਇਆ ਬੁੱਢਲਾਡਾ ਘੇਰਿਆ ਹੋਇਆ ਪੂਰਾ ਪੰਜਾਬ ਸੜਕਾਂ ਤੇ ਤੇ ਰੇਲਵੇ ਲਾਈਨਾਂ ਦੇ ਉੱਤੇ ਬੈਠਾ ਆ ਹਾਂ ਜਿਵੇਂ ਕਿ ਦੇਖ ਰਹੇ ਆਂ ਇਹ ਪ੍ਰਦਰਸ਼ਨ ਵਿੱਚ ਇੱਕ ਤਾਂ ਥੋੜੀ ਨੌਜਵਾਨਾਂ ਦੀ ਕਿੱਥੀ ਘਟ ਹੁੰਦੀ ਆ ਤੇ ਇੱਕ ਹੋਰ ਬਹੁਤ ਸਾਰੇ ਲੋਕ ਆ ਜਿਵੇਂ ਵੀ ਘਰਾਂ ਵਿੱਚ ਬੈਠੇ ਤੁਸੀਂ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਹਾਂ ਮੈਂ ਘਰਾਂ 'ਚ ਬੈਠੇ ਲੋਕਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਚੈਨਲ ਕਿ ਪੰਜਾਬ ਦੇ ਲੋਕੋ ਇੱਕ ਮੁਹਾਵਰਾ ਪੰਜਾਬੀ ਚ ਕਿ ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ ਹੁੰਦੇ ਆ ਜਿਹੜੇ ਘਰਾਂ ਚ ਬੈਠੇ ਲੋਕ ਐ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਐ ਕਿ ਸੌਣ ਦਾ ਵੇਲਾ ਚੱਲ ਗਿਆ ਉੱਠੋ ਜਾਗੋ ਡੰਡੇ ਚ ਝੰਡਾ ਪਾਓ ਜਿਹੜੀ ਜਥੇਬੰਦੀ ਨਾਲ ਵੀ ਹੈਗੇ ਉਹ ਰੱਖੋ ਆਪਦਾ ਮੋਹ ਦੇ ਨਾਲ ਪਰ ਇੱਕ ਹੋ ਕੇ ਹੁਣ ਕਿਸਾਨੀ ਨੂੰ ਬਚਾਉਣ ਵਾਸਤੇ ਮਜ਼ਦੂਰਾਂ ਨੂੰ ਬਚਾਉਣ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਆਪਦੇ ਬੱਚਿਆਂ ਦਾ ਭਵਿੱਖ ਬਚਾਉਣ ਵਾਸਤੇ ਹੁਣ ਸਾਰੇ ਮਤ ਪੇਦ ਪਲਾ ਕੇ ਸਾਨੂੰ ਇੱਕ ਚੰਡੇ ਹੇਠ ਇਕੱਠੇ ਹੋ ਕੇ ਲੜਨਾ ਪਊਗਾ ਮਤ ਪੇਦ ਅਸੀਂ ਬਾਅਦ ਦੇ ਵਿੱਚ ਕਰਦੇ ਰਹਿਾਂਗੇ ਜੇ ਕਿਸੇ ਨੇ ਕਿਸੇ ਨੂੰ ਵੋਟ ਪਾਉਣੀ ਹੈ ਪਾ ਲਓ 73 ਸਾਲ ਅੱਗੇ ਤੱਕੇ ਖਾ ਕੇ ਵੇਖ ਲੈ ਕੋਈ ਫਾਇਦਾ ਨਹੀਂ ਹੋਇਆ ਹਲੇ ਤੱਕ 73 ਸਾਲਾਂ ਦੀ ਆਜ਼ਾਦੀ ਦਾ ਇਤਿਹਾਸ ਹੈ ਗ੍ਰਾਫਟ ਵੱਲ ਗਏ ਆ ਪਰ ਹੁਣ ਵੇਲਾ ਆ ਗਿਆ ਕਿ ਅਸੀਂ ਪਾਰਟੀਆਂ ਤੋਂ ਉੱਪਰ ਉੱਠ ਕੇ ਇੱਕ ਚੰਡੇ ਹੇਠ ਹੋ ਕੇ ਲੜੀਏ ਤਾਂ ਹੀ ਸਾਡੇ ਕੋਈ ਬਚਤ ਹੋਣੀ ਹੈ ਜਿਵੇਂ ਅਸੀਂ ਤੁਹਾਡੇ ਵੱਲੋਂ ਕੀਤੀ ਜਾ ਰਹੇ ਸੰਘਰਸ਼ ਦੇ ਵਿੱਚ ਇਹ ਯੋਗਦਾਨ ਪਾ ਰਹੇ ਤੁਸੀਂ ਤਾਂ ਉਹਦੀ ਕੀ ਰੂਪਰੇਖਾ ਤੁਸੀਂ ਕਿਵੇਂ ਲੋਕਾਂ ਨੂੰ ਸੰਬੋਧਨ ਕਰਦੇ ਹੋ ਕਿਵੇਂ ਸचेत ਕਰਦੇ ਹੋ ਕਿਵੇਂ ਜਾਗਰੂਕ ਕਰਦੇ ਹੋ ਦੇਖੋ ਭਾਵੇਂ ਮੈਂ ਕਿਤੇ ਵਜੋਂ ਅਧਿਆਪਕ ਹਾਂ ਪਰ ਬੇਸਿਕਲੀ ਮੈਂ ਕਿਸਾਨ ਵੀ ਹਾਂ ਮੈਂ ਖੇਤਾਂ 'ਚ ਕੰਮ ਕਰਨ ਵਾਲਾ ਬੰਦਾ ਹਾਂ ਏਸੇ ਮਿੱਟੀ 'ਚੋਂ ਪੈਦਾ ਹੋਇਆ ਹਾਂ ਅਸੀਂ ਹੱਥਾਂ ਤੇ ਹੱਥ ਧਰ ਕੇ ਨਹੀਂ ਬੈਠ ਸਕਦੇ ਮੈਂ ਅਧਿਆਪਕ ਵਜੋਂ ਵੀ ਔਰ ਮੇਰੇ ਆ ਵਿਦਿਆਰਥੀ ਨਾਲ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਲੋਕਾਂ ਨੂੰ ਕਲਾ ਦੇ ਰਾਹੀਂ ਨਾਟਕ ਰਾਹੀਂ ਕੋਰੀਓਗ੍ਰਾਫੀ ਰਾਹੀਂ ਆਪਣੀਆਂ ਸਪੀਚਾਂ ਰਾਹੀਂ ਅਸੀਂ ਲੋਕਾਂ ਨੂੰ ਐਜੂਕੇਟ ਕਰਾਂਗੇ ਲੋਕਾਂ ਨੂੰ ਸੁਚੇਤ ਕਰਾਂਗੇ ਲੋਕਾਂ ਨੂੰ ਖੜੇ ਕਰਾਂਗੇ ਸਰਕਾਰਾਂ ਦੇ ਖਿਲਾਫ ਅਸੀਂ ਡਰਨ ਵਾਲੇ ਨਹੀਂ ਛਿਪਣ ਵਾਲੇ ਨਹੀਂ ਝੁਕਣ ਵਾਲੇ ਨਹੀਂ ਸਾਨੂੰ ਕੋਈ ਜੇੜਾਂ ਦਾ ਡਰ ਨਹੀਂ ਸਾਨੂੰ ਕਿਸੇ ਕਿਸੇ ਵੀ ਕਿਸਮ ਦਾ ਕੋਈ ਇਹਨਾਂ ਦੇ ਤਸ਼ੱਦਦ ਦਾ ਕੋਈ ਡਰ ਨਹੀਂ ਹੈਗਾ ਅਸੀਂ ਭਗਤ ਸਿੰਘ ਦੇ ਵਾਰਿਸਾਂ ਗੁਰੂ ਗੋਬਿੰਦ ਸਿੰਘ ਦੇ ਵਾਰਿਸਾਂ ਅਸੀਂ ਲੜਾਂਗੇ ਬਸ ਜੇਕਰ ਕਿਸੇ ਨੇ ਸੰਘਰਸ਼ ਦੇ ਵਿੱਚ ਤੁਹਾਨੂੰ ਬੁਲਾਉਣਾ ਹੈ ਜਾਂ ਕੋਈ ਵੀ ਨਾਟਕ ਲਈ ਉਹਨਾਂ ਨਾਲ ਸੰਪਰਕ ਕਰਨਾ ਤਾਂ ਕਿਵੇਂ ਸੰਪਰਕ ਕਰਾਂ ਤੁਹਾਡਾ ਮੇਰਾ ਪਿੰਡ ਰੱਲਾ ਜੀ ਜ਼ਿਲ੍ਹਾ ਮਾਨਸਾ ਦੇ ਵਿੱਚ ਇਤਿਹਾਸਕ ਪਿੰਡ ਰੱਲਾ ਬਹੁਤ ਵੱਡਾ ਪਿੰਡ ਹੈ ਉੱਥੇ ਮੈਂ ਰਹਿਣਾ ਮੇਰਾ ਉਹ ਜੱਦੀ ਪਿੰਡ ਹੈ ਤੇ ਕੋਈ ਵੀ ਮੈਨੂੰ ਪੰਚਾਇਤ ਕਲੱਬ ਕੋਈ ਵੀ ਭਾਵੇਂ ਕਿਸੇ ਪਾਰਟੀ ਧਿਰ ਦਾ ਬੰਦਾ ਹੈਗਾ ਬਿਨਾ ਕਿਸੇ ਮਤ ਪੇਜ ਤੋਂ ਮੈਂ ਕਿਸੇ ਦੇ ਵੀ ਸੱਦੇ ਦੇ ਉੱਤੇ ਆਉਣ ਲਈ ਤਿਆਰ ਹਾਂ ਪਿੰਡਾਂ ਦੇ ਵਿੱਚ ਮੈਂ ਲੋਕਾਂ ਨੂੰ ਕਹਿਣਾ ਕਿ ਉਹ ਸੱਥਾਂ ਦੇ ਵਿੱਚ ਨਾਟਕ ਮੇਲੇ ਕਰਵਾਉਣ ਇਕੱਠੇ ਹੋਣ ਅਸੀਂ ਉੱਥੇ ਉਹਨਾਂ ਨੂੰ ਨਾਟਕਾਂ ਦੇ ਰਾਹੀਂ ਕੋਰੀਓਗ੍ਰਾਫੀ ਰਾਹੀਂ ਸਪੀਚਾਂ ਰਾਹੀਂ ਉਹਨਾਂ ਨੂੰ ਇਹ ਸਾਰੇ ਮਸਲੇ ਸਮਝਾਉਣ ਨੂੰ ਤਿਆਰ ਹਾਂ ਕਿਉਂਕਿ ਕੁਝ ਭੋਲੇ ਲੋਕ ਹੈਗੇ ਆ ਜਿਹੜੇ ਸਮਝਦੇ ਆ ਵੀ ਇਹ ਜੱਥੇਬੰਦੀਆਂ ਵਾਲੇ ਜਿਹੜੇ ਲੋਕ ਹੁੰਦੇ ਨਾ ਝੰਡੇ ਚੱਕ ਕੇ ਤੁਰਨ ਵਾਲੇ ਨੇਤੀ ਸ਼ਾਇਦ ਇਹ ਇਨਕਲਾਬ ਕਰ ਦਣਗੇ ਇਨਾਂ ਦੇ ਮਗਰ ਕਾਫਲਾ ਵੀ ਖੜਾ ਹੋਣਾ ਚਾਹੀਦਾ ਤੇ ਪਿੰਡਾਂ ਦੇ ਪਿੰਡਾਂ ਨੂੰ ਹੁਣ ਉੱਠ ਕੇ ਮੇਰੀਆਂ ਧੀਆਂ ਨੂੰ ਭੈਣਾਂ ਨੂੰ ਮੈਂ ਬੇਨਤੀ ਕਰਦਾ ਕਿ ਉਹਨਾਂ ਨੂੰ ਮਾਈ ਭਾਗੋ ਬਣਨਾ ਪਏਗਾ ਚਾਂਸੀ ਦੀ ਰਾਣੀ ਬਣਨਾ ਪਏਗਾ ਹੁਣ ਉਹ ਕੱਲੀਆਂ ਰਸੋਈ ਤੱਕ ਸੀਮਤ ਨਾ ਰਹਿਣ ਰੋਟੀਆਂ ਪਕਾਉਣ ਵਾਲੀਆਂ ਨਾ ਬਣ ਕੇ ਰਹਿਣ ਹੁਣ ਜੰਗ ਦੇ ਮੈਦਾਨ 'ਚ ਆਉਣੇ ਹੀ ਪੈਣਾ ਹੈ ਫੇਰ ਹੀ ਸਾਡਾ ਕਲਿਆਣ ਹੋਣਾ ਹੈ ਅਸੀਂ ਸੱਥਾਂ ਦੇ ਵਿੱਚ ਆਵਾਂਗੇ ਲੋਕ ਸਾਨੂੰ ਸੱਦਾ ਦੇਣਾ ਅਸੀਂ ਆਉਣ ਲਈ ਤਿਆਰ ਹਾਂ